ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਠੀਕ ਠਾਕ ਆ ਸਾਰੇ? ਅਤੇ ਚੱਲੇ ਹਾਂ ਗੱਡੀ ਕੋਲੇ, ਆਰਡਰ ਆਇਆ ਇੱਕ, ਬਾਕੀ ਗੱਡੀ ਕੋਲੇ ਜਾ ਕੇ ਲੱਗੇਗਾ ਪਤਾ ਲੋਡ ਕਰਨ ਜਾਣਾ ਕਿ ਨਹੀਂ ਜਾਣਾ। ਵੈਸੇ ਸੋਲਣ ਵਾਸਤੇ ਫੋਨ 'ਤੇ ਆ ਗਿਆ, ਬਾਕੀ ਹੁਣ ਲੱਗੇਗਾ ਜਾ ਕੇ ਕੰਡੇ 'ਤੇ ਪਤਾ। ਅਤੇ ਮਿਲਦੇ ਹਾਂ ਤੁਹਾਨੂੰ ਚੱਲ ਕੇ ਕੰਡੇ 'ਤੇ, ਨਾਲ ਆਪਣੇ ਕਾਕੂ HR 37 ਵਾਲੇ ਮਨਿੰਦਰ ਕੋਲੋਂ। ਅਤੇ ਕੀ ਨਾਮ ਉਹਦਾ, ਕਰਨ ਦਾ ਜ਼ਿਲ੍ਹਾ ਜਾ ਰਿਹਾ ਕਾਂਡਲੇ, ਉਹਨੇ ਕਾਂਡਲੇ ਜਾਣਾ ਆਪਣੇ ਚਾਚੇ ਨਾਲ ਗੱਡੀ 'ਤੇ, ਉਹ ਉੱਧਰ ਗਿਆ ਅਤੇ ਦੇਖਦੇ ਹਾਂ ਆਪਣੇ ਨਾਲ ਕੌਣ ਜਾਂਦਾ। ਹਾਂਜੀ, ਟਾਈਮ ਹੋ ਗਿਆ ਜੀ ਸ਼ਾਮ ਦੇ 7:45। ਗੱਡੀ ਕੋਲੇ ਗਏ ਸੀ, ਗੱਡੀ ਕੋਲੇ ਮਾਲ ਅੱਜ ਬਣਿਆ ਨਹੀਂ, ਕੋਈ ਸੋਲਣ ਦੀ ਲੋਡ ਕਰਨੀ ਸੀ ਅਤੇ ਹੁਣ ਲੋਡਿੰਗ ਹੋਏਗੀ ਕੱਲ੍ਹ ਨੂੰ, ਅਤੇ ਉੱਥੇ ਸਾਰਾ ਦਿਨ ਬਹਿ ਬੂ ਕੇ ਆ ਗਏ ਹਾਂ। ਬਾਕੀ ਕੰਮ ਵੀ ਕਰਿਆ ਸੀਗਾ, ਨਹੀਂ ਤਰਪਾਲ ਲਈ, ਰੱਸਾ ਲੈ ਕੇ, ਨਵੀਂ ਤਰਪਾਲ ਅਤੇ ਰੱਸਾ ਲੈ ਕੇ ਰੱਖ ਕੇ ਆ ਗਏ ਹਾਂ ਸਵੇਰੇ, ਸ਼ਾਇਦ ਦੇਖੋ ਬਣ ਜਾਏਗਾ ਪ੍ਰੋਗਰਾਮ ਲੋਡ ਕਰਨ ਦਾ। ਉਸ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ ਹੁਣ ਸਵੇਰੇ। ਅੱਜ ਤਾਂ ਕੋਈ ਕੰਮ ਕੀਤਾ ਨਹੀਂ, ਇਸ ਕਰਕੇ ਵਲੋਗ ਪੂਰਾ ਬਣਿਆ ਨਹੀਂ ਆਪਣਾ, ਕੱਲ੍ਹ ਨੂੰ ਕਰਦੇ ਹਾਂ ਕੰਪਲੀਟ ਕੱਲ੍ਹ ਸ਼ਾਮ ਤੱਕ, ਅਤੇ ਪਰਸੋਂ ਤੁਹਾਨੂੰ ਦਿਖਾਵਾਂਗੇ 5 ਤਰੀਕ ਨੂੰ। ਪਰਸੋਂ 5 ਤਰੀਕ ਨੂੰ ਆ ਜਾਣਾ ਆਪਣਾ ਵਾਲਾ ਵਲੋਗ। ਹੋਰ ਜੀ ਉਸਤਾਦ ਜੀ, ਕੀ ਹਾਲ ਚਾਲ? ਠੀਕ ਹੋ? ਅਤੇ ਇਹ ਗਡਾਉਣ ਆਪਣੇ ਯਾਰ ਦੋਸਤ ਦਾ, ਜੇ ਕਿਸੇ ਨੂੰ ਟੂਟੀਆਂ ਟਾਟੀਆਂ ਕੁਛ ਵੀ ਚਾਹੀਦਾ ਹੈ, ਫਲੈਸ਼ਾਂ ਸ਼ੈਂਕ, ਇਹ ਕੀ ਪਿਆ ਕਾਕੂ? ਇਹ ਡਮਰੂ ਜੇ ਵਾਸ਼ ਬੇਸਿੰਗ ਬੇਸਣ, ਬਾਕੀ ਸਾਰਾ ਸਮਾਨ ਆਪਣੇ ਬਾਈ ਕੋਲ ਪਿਆ ਇੱਥੇ, ਕੋਈ ਪੈਡ ਪ੍ਰਮੋਸ਼ਨ ਨਹੀਂ ਹੈ ਬਾਈ। ਵੈਸੇ ਹੀ ਕਿਤੇ ਕਹੋ ਬਈ, ਹੁਣ ਵਿਹਲਾ ਤੇ ਇੱਧਰ ਪੈਸੇ ਕਮਾਉਣ ਲੱਗ ਗਿਆ, ਇਹਨੇ ਤੇ ਅਸੀਂ ਮਸ਼ਹੂਰ ਵੀ ਨਹੀਂ ਹੋਏ ਕਿ ਕੋਈ ਇਸ ਕੰਮ ਦੇ ਸਾਨੂੰ ਪੈਸੇ ਮਿਲਣ ਲੱਗ ਜਾਣ ਕਿਤੇ, ਕਿ ਨਹੀਂ ਕਾਕੂ? ਹੋ ਜਾਏਗਾ, ਕੋਈ ਨਹੀਂ। ਉਹ ਨਹੀਂ, ਫਿਰ ਵੀ ਆਪਾਂ ਫਰੀਜ ਹੀ ਕਰਾਏ ਜਿੱਦਣ ਹੋ ਗਏ। ਅਤੇ ਬਾਈ ਦਾ ਨੰਬਰ ਪਾ ਦਾਂ ਡਿਸਕ੍ਰਿਪਸ਼ਨ 'ਚ, ਜੇ ਕਿਸੇ ਨੂੰ ਕੋਈ ਚੀਜ਼ ਲੈਣੀ ਹੋਏ ਤਾਂ ਇੱਥੋਂ ਤੁਹਾਨੂੰ ਰੇਟ ਥੋੜ੍ਹਾ ਜਿਹਾ ਘੱਟ ਲਵਾ ਦਾਂ ਮਾਰਕੀਟ ਨਾਲੋਂ। ਵੈਸੇ ਰਿਸ਼ੀਕੇਸ਼, ਦੇਹਰਾਦੂਨ, ਸ਼੍ਰੀਨਗਰ ਤੱਕ, ਉੱਤਰਾਖੰਡ ਵਾਲੇ, ਪੌਂਟਾ ਸਾਹਿਬ, ਇੱਧਰ ਜੈਂਡਕੇ 'ਚ ਵੀ ਜਾਂਦਾ ਮਾਲ, ਬੱਦੀ, ਨਾਲਾਗੜ, ਸ਼ਿਮਲਾ ਵਗੈਰਾ ਸਾਰੀ ਜਗ੍ਹਾ, ਰਾਜਪੁਰਾ। ਇਹ ਬਾਈ ਦੀ ਗੱਡੀ ਜਾਂਦੀ HR 37 ਬਲੋਗ ਮਨਿੰਦਰ, ਗੱਡੀ ਕਰਤੀ ਆਪਾਂ ਵੀ, ਇਹਦਾ ਵੀ ਬਾਈ ਦਾ, ਇਹਨੇ ਵੀ ਗੱਡੀ ਕਰਤੀ ਸੇਲ, ਤੇ ਤੁਸੀਂ ਦੇਖਿਆ ਸੀ ਪਿਛਲੇ ਵਲੋਗ 'ਚ ਗੱਡੀ ਲੈ ਕੇ ਆਉਣੀ ਹੈ ਬਾਈ ਨੇ, ਮਹਿੰਦਰਾ ਫਿਊਰੋ ਜਾਂ ਕੋਈ ਵੀ। ਮਹਿੰਦਰਾ ਨਹੀਂ ਲੈਣੀ ਵੀਰ, ਜੇ ਦੇਖਾਂਗੇ ਐਸ਼ਰ ਦੀ ਜਾਂ ਟਾਟਾ ਦੀ, ਐਸ਼ਰ ਦੀ ਜਾਂ ਟਾਟਾ ਦੀ ਬਾਈ ਨੇ ਗੱਡੀ ਲੈਣੀ ਹੈ। ਤੇ ਇਹ ਬਾਈ ਆ ਗਿਆ ਜਿਹਦਾ ਗਡਾਉਣ ਹੈਗਾ, ਤੇ ਜਿੰਨੇ ਜੇ ਕੋਈ ਚੀਜ਼ ਲੈਣੀ ਹੋਏ ਟੂਟੀ ਵਗੈਰਾ ਪੈਪ ਪੂਪ, ਇਹਦਾ ਵੀ ਦੋਨਾਂ ਨੰਬਰ ਪਾ ਦਾਂ ਬਾਈ। ਘਰ ਤੱਕ ਦੇ ਕੇ ਆਉਂਦਾ ਸਮਾਨ, ਇਹ ਸਮਾਨ ਬੰਦਾ ਘਰ ਤੱਕ ਦੇ ਕੇ ਆਉਂਦਾ, ਹੋਮ ਡਿਲੀਵਰੀ। ਕਿੰਨੇ ਕਿਲੋਮੀਟਰ ਦੇ ਏਰੀਆ 'ਚ ਬਾਈ? ਮਤਲਬ ਜੋ ਵੀ ਤੁਹਾਨੂੰ ਯਾਰ ਪਲੰਬਰ ਦਾ ਸਮਾਨ ਸਾਰਾ ਇਹਦੇ ਕੋਲੇ, ਸੈਨੇਟਰੀ ਵੇਅਰ ਬੋਲ ਕੇ ਦੱਸ ਦੀ ਯਾਰ ਮਾੜਾ ਜਿਹਾ, ਸੈਨੇਟਰੀ ਵੇਅਰ ਮਿਲ ਜਾਏਗਾ, ਹੋਰ ਸੀਪੀ ਫਿਟਿੰਗ ਮਿਲ ਜਾਏਗੀ। ਅੱਛਾ ਜੀ, ਹੋਰ ਜੀ ਵਾਸ਼ ਬੇਸਿਨ ਟੂਟ ਗਿਆ, ਜੋ ਮਰਜ਼ੀ ਮਿਲ ਜਾਏਗੀ, ਫਲੈਸ਼ਾਂ ਵੀ, ਫਲੈਸ਼ ਫਲੂਸ ਸਭ ਮਿਲ ਜਾਏਗਾ। ਫਿੱਟ ਵੀ ਕਰਕੇ ਆਉਂਦੇ? ਨਹੀਂ ਜੀ ਨਹੀਂ, ਫਿੱਟ ਨਹੀਂ ਕਰਕੇ ਆਉਂਦੇ, ਕੋਈ ਪਲੰਬਰ ਦੀ ਕਮਿਸ਼ਨ ਨਹੀਂ ਇਧਰ। ਮੈਂ ਕਹਿੰਦਾ ਜੀ ਜਾਮ ਹੋ ਜਾਏ, ਖੋਲ ਕੇ ਵੀ ਆਉਂਦੇ ਹੋਗੇ? ਨਹੀਂ ਨਹੀਂ ਨਹੀਂ। ਤੇ ਚਲੋ ਮਿਲਦੇ ਆ ਤੁਹਾਨੂੰ ਸਵੇਰ ਨੂੰ।
ਤੇ ਨੰਬਰਾਂ ਨਾਲ ਡਿਸਕ੍ਰਿਪਸ਼ਨ ਚ ਪਾ ਦਾਂਗੇ ਆਪਾਂ ਛਿੱਲਾ ਮਿਲ ਲਓ ਸਾਰੇ ਤੁਸੀਂ ਕਹਿੰਦੇ ਸੀ ਛਿੱਲੇ ਨੂੰ ਮਿਲਣਾ ਹੋਰ ਕੀ ਹਾਲ ਹੈ ਵਧੀਆ ਜੀ ਬੰਦੇ ਕਹਿ ਰਹੇ ਗੱਡੀ ਤੇ ਆਣਾ ਕਿ ਨਹੀਂ ਆਣਾ ਦੁਬਾਰਾ ਆਏਗੇ ਗੱਡੀ ਬਾਹਰ ਆਏਗਾ ਇੱਕ ਮਹੀਨਾ ਲਾ ਕੇ ਉਸ ਤੋਂ ਬਾਅਦ ਆਏਗਾ ਗੱਡੀ ਤੇ ਹਾਂ ਸਤਿ ਸ੍ਰੀ ਅਕਾਲ ਕਰਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕਿੱਦਾਂ ਠੀਕ ਠਾਕ ਹੋ ਚਲੋ ਮਿਲਦੇ ਹਾਂ ਤੁਹਾਨੂੰ ਥੋੜ੍ਹੀ ਦੇਰ ਬਾਅਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਸਾਰੇ ਮਾਲ ਬਣ ਗਿਆ ਆਪਣਾ ਅਤੇ ਚੱਲੇ ਹਾਂ ਲੋਡ ਕਰਨ ਚੱਲੇ ਸੀ ਅਤੇ ਬਾਰਿਸ਼ ਪਈ ਜਾ ਰਹੀ ਹੈ ਬਹਿੰਦੇ ਹਾਂ ਆਟੋ ਆਟੋ 'ਚ ਜਾਂ ਰਿਕਸ਼ੇ 'ਚ ਅਤੇ ਮਿਲਦੇ ਹਾਂ ਤੁਹਾਨੂੰ ਚੱਲ ਕੇ ਗੱਡੀ ਕੋਲ ਅੱਗੋਂ ਐਂ ਲੱਗਦੀ ਬਈ ਨਾ ਜਿੱਦਾਂ 55-06 ਖੜੀ ਆ ਟੇਪ ਕਰਾਉਣ ਤੋਂ ਪਹਿਲੇ ਐਵੇਂ ਦੀ ਹੀ ਆ ਚੱਲ ਕੇ ਮਿਲਦੇ ਹਾਂ ਤੁਹਾਨੂੰ ਗੱਡੀ ਦੇ ਕੋਲ ਆਪਣਾ ਮੋਟਰ ਮਾਰਕੀਟ ਜਿਹੜਾ ਮੁੱਲ ਜਾਂਦੇ ਨੂੰ ਆ ਗਿਆ ਕਾਲਾ ਮੁੱਲ ਅਤੇ ਆ ਰਹੀ ਆ ਗੱਡੀ ਮੇਰੇ ਖਿਆਲ ਨਾਲ ਗੋਰੀ ਚਲਾਉਂਦਾ ਸੀ ਪਹਿਲੇ ਛੁੱਟਾ ਹੋ ਜਾਂਦਾ ਸੀ ਇਹਨੂੰ ਕਹਿੰਦੇ ਆ ਬਾਲੇ ਕਾਲਾ ਮੁੱਲ ਇਹ ਵੀ ਸੇਬ ਭਰ ਕੇ ਖੜੀ ਆ ਸੇਬ ਹੀ ਭਰਨੇ ਆ ਲੋ ਜੀ ਚੱਲੇ ਆ ਲੋਡ ਕਰਨ ਤੇ ਆ ਗਈ ਆਪਣੀ ਪੁਰਾਣੇ ਵਾਲੀ ਗੱਡੀ ਜੇ ਕਿਤੇ ਐ ਵਾਲੀ ਗੱਡੀ ਦੇ ਵਲੋਗ ਬਣਾਉਣਾ ਸ਼ੁਰੂ ਕੀਤਾ ਹੁੰਦਾ ਨਾ 5000 ਸਬਸਕ੍ਰਾਈਬਰ ਤੇ ਹੋਈ ਜਾਣੇ ਸੀ ਹੁਣ ਤੱਕ ਕਿ ਨਹੀਂ ਕਾਕੂ ਤੇ ਪਹਿਲੇ ਆ ਕੇ ਬਾਡੀ 'ਚ ਝਾੜੂ ਝੂੜੂ ਮਾਰਿਆ ਸਟਾਰਟ ਕਰਕੇ ਅਤੇ ਸਫਾਈ ਸਫੂਈ ਕਰਕੇ ਤੇਲ ਤੂਲ ਚੈੱਕ ਕਰਕੇ ਅਤੇ ਹੁਣ ਚੱਲੇ ਹਾਂ ਆਪਾਂ ਕਿੱਥੇ ਕਾਕੂ ਪੰਚਕੂਲੇ ਜਾ ਕੇ ਪਹਾੜੋਂ ਦਾ ਰਸਤਾ ਸ਼ੁਰੂ ਦਿਲ ਤੇ ਬੜਾ ਹੀ ਵੈਸੇ ਅੱਗੇ ਜਾਣ ਦਾ ਪਰ ਅੱਗੇ ਬਾਰਿਸ਼ਾਂ ਬੁਰਸ਼ਾਂ ਕਰਕੇ ਮਾਲ ਕੁਛ ਨਿਕਲਦਾ ਪਿਆ ਨਹੀਂ ਅਤੇ ਉਹਦੇ ਕਰਕੇ ਉੱਥੇ ਗੱਡੀਆਂ ਪਹਿਲੇ ਗਈਆਂ ਸੀ ਆਪਣੇ ਬਾਊ ਦੀਆਂ ਦੋ ਗੱਡੀਆਂ ਅੱਠ ਅੱਠ ਨੌ ਨੌ ਦਿਨਾਂ 'ਚ ਲੋਡ ਹੋ ਗਏ ਇੱਕ ਆਈ ਹੈ ਇੱਕ ਹਲੇ ਉੱਥੇ ਹੀ ਖੜੀ ਆ ਲੋਡ ਨਹੀਂ ਹੋਈ ਅਤੇ ਖਾਲੀ ਜਾਣ ਦਾ ਇੰਨੀ ਦੂਰ ਵੱਡੀ ਗੱਡੀ ਲਿਜਾ ਕੇ ਕੋਈ ਫਾਇਦਾ ਨਹੀਂ ਕੈਂਟਰ ਕੁੰਟਰ ਦਾ ਤਾਂ ਚਲੋ ਹੈ 40-50 ਲੀਟਰ 'ਚ ਗੱਡੀ ਪਹੁੰਚ ਜਾਂਦੀ ਉੱਥੇ ਖਾਲੀ ਕੈਂਟਰ ਦੇ 40 ਲੀਟਰ ਵੀ ਤੇਲ ਮਸਾਂ ਹੀ ਖਾਂਦਾ ਹੋਣਾ ਨਾਰ ਘੰਟੇ ਦਾ ਕਿ ਨਹੀਂ ਕਾਕੂ ਇਹਨਾਂ ਨੂੰ ਤਾਂ ਤੁਹਾਨੂੰ ਪਤਾ 40 ਲੀਟਰ ਦੇ ਘੱਟੋ ਘੱਟ ਥੱਲੇ ਹੀ ਚਾਹੀਦਾ ਤੇਲ ਅਤੇ ਆ ਗਿਆ ਇੱਥੋਂ ਵੈਸੇ ਅਸੀਂ ਹੁਣ ਅੱਗੇ ਹਾਂ ਨਰਾਇਣਗੜ੍ਹ ਰੋਡ 'ਤੇ ਅਤੇ ਇੱਥੋਂ ਕਨੈਕਟਰ ਸਾਈਡ ਜਾਂਦਾ ਦਿੱਲੀ ਨੂੰ ਅਤੇ ਡਰਾਈਵਰ ਸਾਈਡ ਜਾਂਦਾ ਚੰਡੀਗੜ੍ਹ ਨੂੰ ਅਤੇ ਸਿੱਧਾ ਜਾਂਦਾ ਥਾਣੇ 'ਚ ਮਿਲਦੇ ਹਾਂ ਤੁਹਾਨੂੰ ਚੱਲ ਕੇ ਟੋਲ ਟੈਕਸ ਪਾਰ ਕਰਕੇ ਕਿਤੇ ਲਾਲੜੂ ਪਹੁੰਚ ਗਏ ਹਾਂ ਹਵਾ ਕਰਾਉਣੀ ਸੀ ਟਾਇਰਾਂ 'ਚ ਹਵਾ ਕਰਾ ਲਈਏ ਕਿਉਂਕਿ ਮਹੀਨਾ ਹੋ ਗਿਆ ਸੀ ਗੱਡੀ ਖੜੀ ਨੂੰ ਅਤੇ ਹਵਾ ਹਵਾ ਘੱਟ ਹੀ ਜਾਂਦੀ ਆ ਤੁਹਾਨੂੰ ਪਤਾ ਹੀ ਆ ਸੱਚੀ ਉਹਨੂੰ ਹਵਾ ਕਰੇਗਾ ਚਾਬੀ ਦੁਬਾਰਾ ਪਾਈ ਤਾਂ ਲਾਈਏ ਅਤੇ ਗਿਰ ਜਾਂਦੇ ਨੇ ਥੱਲੇ ਟਾਇਰ ਅਤੇ ਫਿਰ ਪ੍ਰੈਸ਼ਰ ਕਰਦੀ ਆ ਡਾਉਣ ਜ਼ਿਆਦਾ ਅਤੇ ਉਹਦੇ ਕਰਕੇ ਚਾਬੀ ਦੁਬਾਰਾ ਲਾਤੀ ਆ ਤੁਹਾਨੂੰ ਹਵਾ
ਦਾ ਵਾਹ ਵਾਹ ਕਰਾ ਕੇ ਟੂਲ ਬਾਕਸ ਖੋਲ ਕੇ ਦੇਖ ਰਹੀ ਕਿਤੇ ਜੱਕ ਚੁੱਕ ਤੇ ਨਹੀਂ ਪਿਆ ਇਹਦੇ ਚ ਕਾਕੂ ਨੇ ਢੱਕਣ ਹੀ ਪੱਟਤਾ ਇਹਦਾ ਮੈਨੂੰ ਲੱਗਦਾ ਜਿੱਦਣ ਦਾ ਬਣਿਆ ਖੋਲਿਆ ਹੀ ਨਹੀਂ ਕਿਸੇ ਨੇ ਖੋਲਿਆ ਖੋਲਿਆ ਹੀ ਨਹੀਂ ਜੰਗ ਲੱਗਿਆ ਪਿਆ ਸੀ ਜਦ ਖੋਲਿਆ ਢੱਕਣ ਉੱਖੜ ਗਿਆ ਦਾ ਜਾ ਕੇ ਇੱਥੇ ਵੈਲਡਿੰਗ ਵਾਲੀ ਦੁਕਾਨ ਤੇ ਆਇਆ ਪਰ ਕਬਜ਼ੇ ਨਹੀਂ ਸੀ ਤੇ ਹਵਾ ਹੀ ਇੰਨਾ ਚ 140-40 160-165 ਕਰਾਤੀ ਆ ਅਗਲਿਆਂ ਚ ਕਿੰਨੀ ਸੀ ਭਾਜੀ ਇਹਦੇ ਚ ਕਿੰਨੀ ਸੀ 100 ਪਾਉਂਡ ਦੀ ਇੰਜਨ ਚੱਲਦਾ ਪਿਆ ਹੈ ਇਹਦੇ ਚ 110 ਸੀ ਇਹਦੇ ਚ ਵੀ ਇਹਦੇ ਚ ਘੱਟ ਹੀ ਕਰੀ ਬਾਈ ਰਬੜ ਵਾਲਾ ਟਾਇਰ ਹੈ ਜਗਾਈ ਕਾਕੂ ਡਿਮ ਲਾਈਟਾਂ ਇੰਡੀਕੇਟਰ ਲਾਈ ਤਾਰਾਂ ਲੱਗੀਆਂ ਜਾਗਦੀਆਂ ਹੋਣੀਆਂ ਯਾਰ ਲਾਈਟਾਂ ਹਵਾ ਕਰਾ ਲਈ ਹਵਾ ਸਾਰੇ ਟਾਇਰਾਂ ਚ ਘੱਟ ਸੀ ਕਿਸੇ ਚ 100 ਕਿਸੇ ਚ 120 ਬਾਕੀ ਆ ਜਿਹੜਾ ਨਵਾਂ ਜੋੜਾ ਇਹਦੇ ਚ ਹਵਾ ਠੀਕ ਸੀ ਬਾਕੀਆਂ ਚ ਘੱਟ ਸੀ ਤੇ ਲੱਗੇ ਹੱਥ ਮੈਂ ਗਰੀਸ ਵੀ ਕਰਾ ਲਈਏ ਪਰਲੇ ਵਾਲੀ ਜਾਗ ਰਹੀ ਉਰਲੀ ਨੀ ਜਾਗ ਰਹੀ ਬ੍ਰੇਕ ਦੱਬੀ ਬ੍ਰੇਕ ਬ੍ਰੇਕ ਇੱਕ ਹੀ ਜਾਗ ਰਹੀ ਆ ਪਾਰਕਿੰਗ ਨਹੀਂ ਜਾਗਦੀਆਂ ਲਾਈਟਾਂ ਜਾਗਦੀਆਂ ਨਹੀਂ ਬਸ ਇੱਕ ਬ੍ਰੇਕ ਹੀ ਜਾਗਦੀ ਆ ਹੋਰ ਕੋਈ ਨਹੀਂ ਜਾਗਦੀ ਤੇ ਲੱਗੇ ਹੱਥ ਗਰੀਸ ਵੀ ਕਰਾ ਲਈਏ ਬਾਈ ਕੋਲੋਂ ਗਰੀਸ ਕਿੱਦਾਂ ਦੀ ਹੈ ਹੁਣ ਦੇਖਦੇ ਹਾਂ ਚੱਕਰ ਲਾ ਕੇ ਨਾ ਉਹਦਾ ਫਿਰ ਕਰਾ ਲਾਂਗੇ ਇੱਕ ਵਾਰੀ ਕੰਮ ਬਾਈ ਗਰੀਸ ਹਵਾ ਟਾਇਰ ਪੈਂਚਰ ਪੁਰਾਣੇ ਨਵੇਂ ਟਾਇਰ ਫਿਲਟਰ ਸਾਫ ਕਰਾਇਆ ਸੀ ਏਜੰਸੀ ਆ ਪੁਰਾਣਾ ਨਵਾਂ ਟਾਇਰ ਜੋ ਵੀ ਸਭ ਕੁਛ ਅਵੇਲੇਬਲ ਹੈਗਾ ਰਬੜ ਵੀ ਚੜਵਾ ਕੇ ਦੇ ਦਿੰਦਾ ਬਾਈ ਟਾਇਰਾਂ ਦੇ ਲਾਲੜੂ ਜਾਂਗੜਾ ਸਪਰੇ ਫਿਲਟਰ ਲੋ ਜੀ ਹਵਾ ਵਾ ਕਰਾ ਕੇ ਗਰੀਸ ਲੱਗਿਆ ਕਰਾਉਣ ਬਾਈ ਕਹਿੰਦਾ ਗਰੀਸ ਕਰਦੇ ਸੀ ਤੇ ਬਣਾਈ ਨਹੀਂ ਵੀਡੀਓ ਮੈਂ ਲੈ ਗਰੀਸ ਵਾਲੀ ਬਣਾ ਦਿੰਦੇ ਹਾਂ ਚੈਨਲ ਸੋਨੂ ਅੰਬਾਲਾ 13-13 ਦੇ ਨਾਮ ਤੋਂ ਹੈ ਹਾਂ ਹੁਣੇ ਤੇਰੇ ਤੋਂ ਸਬਸਕ੍ਰਾਈਬ ਵੀ ਕਰਾ ਦਾਂਗੇ ਨਾਲ ਦੀ ਨਾਲ ਦੱਪਰ ਪਹੁੰਚ ਗਏ ਹਾਂ ਬਸ ਲਾਲੜੂ ਪਹੁੰਚਿਆ ਵੈਸੇ ਤਾਂ ਲੈ ਹੈਨਾ ਲਾਲੜੂ ਹੈ ਨਾ ਬਸ ਖਤਮ ਹੁੰਦੇ ਸਾਰ ਨਾਲ ਹੀ ਦੱਪਰ ਆ ਤੇ ਬਾਹਰ ਤੁਹਾਨੂੰ ਬੱਸ ਦਿਖਾਉਂਦੇ ਹਾਂ ਇੱਕ ਬੈਟਰੀ ਵਾਲੀ ਦਿਖਾਈ ਕਾਕੂ ਬੈਟਰੀ ਵਾਲੀ ਬੱਸ ਕੱਢਤੀ ਹੈ ਦਿੱਲੀ ਵਾਲਿਆਂ ਨੇ ਉਹ ਤਾਂ ਦੂਰ ਤੁਰ ਗਈ ਲਓ ਜੀ ਦੇਖੋ ਜੂਮ ਕਰੀਏ ਦੇਖੀ ਹੁਣ ਸਕਾਈ ਵੀਲ ਦੇ ਨਾਮ ਤੋਂ ਹੈ ਬਾਈ ਜੀ ਹੋਰਨ ਮਾਰ ਰਹੇ ਹੁਣ ਅੱਗੇ ਆਉਣਗੇ ਆਹ ਦੇਖੋ ਜੀ ਬੜੀ ਹੈ ਬੱਸ
टाइम हो गया जी 11:56 ते जिरकपुर पहुंच गए हां ते अगे खड़े हां नन्नू दा अज जन्म दिन ही तेन मिल के कहंदे हां हैप्पी बर्थडे ते खड़े राजपुरे रोड ते जाके देखते हैं खड़ा भी है कि एवं कमला बनाई जा रहा था ना खड़ा भाई बर्थडे बॉय आया परी हैप्पी बर्थडे भाजी तुम भाजी कहते ही नाम लेना ना मैं तुम ब्लॉग च ही आ जाओ ना की लेना अज मुंडे का जन्मदिन है सारे बंदे नु कमेंट करके हैप्पी बर्थडे जरूर कह दियो लो जी पहुंच गए हैं मंडी दे विच ते ओ सामने पतंजलि दे पतंजलि वाले स्टोर तो जाना कनैक्टर साइड ते अगे अगे काकू रस्ता दिखा रहे हैं सामने गड्डी अपनी देखो कालेज दे बड़े पै रहे हैं तुहानूं पता जिहड़े ज्यादा कालेज पैंदे आ उत्थे जाके बाद च पता लगदा भाई अभी नहीं होगी अभी रुक जाइए देखते हैं ओ आ जा उपर आ जा पैदल पैदल ही जाएगा मैं तो लगता नहीं तरपाल खोलन की जगह आएगी इत्थे है ना होएगी तरपाल लैके आए ही नवी खोल के सैट कर लिए एक बारी उपर पान वाली तय कर दें फिर बाद मीह मूह तुम पता मौसम खराब है मैं लगता डबल ही होई पई है यार लो जी टाइम हो गया दोपहर के 3 बज गए गड्डी आन लग गई अपनी लोड जाम लगा ओए आ गड्डी जदों आपां आ रहे अगे अगे मुड़दी नहीं पई ही ड्राइवर साइड मुड़ी ही भारत पंजा बेचारा एवं घूम जा रहा हले तक ते अपनी लोडिंग हो गई है शुरू रब सुख रखे राती 8-9 बजे तक लोड हो जानी है ना ते ब्लॉग आपां दो बना लांगे अज क्योंकि 3 दिन हो गए अवला ब्लॉग बनता पिया बंदा बैठा है गर्मी दे विच गर्मी है किन्नी कु आ जा थले आ जा छावे बंदा जी का माल है लो जी गड्डी लोड तुहानू पता अपनी आन लग गई है पेटियां धुंदलियां धुंदलियां देख दी पी बाल बूल खिलरे पे ने सुते उठे हैं ते बंदा आ रहा कोई तुहानू मिलवाने सारिआं नूं बंदा वैसे बड़ा मशहूर है कलाकार बंदा ना ते आ जान भाजी फिर भाजी नाल करदे आं गलबात ते तुहानू ही मिलवाने आं लो जी भाजी आ गए हैं जिन्हां नूं मिलवाना सी खड़े हैं बाट साहब होर जी भाजी की हाल चाल है ठीक ठाक भाई ने टैटू तो दिखाओ भाजी लो जी भाजी ने नवा टैटू बनवाया ही थोड़े के दिन ही होए ने है ना साल हो गया साल तो नहीं आया देखिया ही मैं जो तुसी बनवा रहे ही इंस्टा ते ही पाई आई ही वीडियो सही पकड़े हैं
हाँ जी टाइम हो गया जी 5:40 गड्डी अपनी लोड होंगी पी है थोड़ी जी रही है तरपाला तरपूला खोल के कीतियां सैट तो गर्मी हो दब के आवेद बदल बने गर्मी पूरी है पर सुखा सुखते पे हैं कि 2-3 घंटे बारिश ना हले पे बिल्कुल भी क्योंकि जे बारिश पै गई तो तुम पता ही है फिर जिंदगी खराब हो जानी है अज की अज हाल तो अपनी जिंदगी खराब हो जानी जे बारिश पै गई तो ब्लॉग साढ़ा 3 दिन तो बनता पे अज 4th दिन है ब्लॉग पूरा नहीं होया ही तो जे अज गड्डी लोड करन तक ही जे गड्डी लोड करन तक ब्लॉग पूरा किया तो ब्लॉग हो जाना 28-30 मिनट का तो इस करके इन्ना लंबा ब्लॉग फिर क्योंकि अपलोड होने च भी टाइम ज़्यादा लगता है MB ज़्यादा लगती है सारा कुछ देखना पैंदा नुकसान भी अगे ही मंदा चलता पाया अजकल तो बाकी कोई दिक्कत वाली गल नहीं वैसे तो गड्डी लगे हुए ने लोड करन मंडी च रश देख सकते हो तुम कि एक सामने आंध्रा की गड्डी लोड होती पी है वो हो गई है तो इधर खड़ी है वह पाठ भाजी वाली गड्डी वो बैठे हुए ने उत्ते तरपाला दे हाथ ला रहे हैं सामने तो जे इत्थे तक किसी भी बाई नूं वीडियो वधिया लगी है लाइक शेयर कमेंट जरूर कर दिओ ते छेती तो छेती साढ़े 10K कर दो पूरे उस तो बाद कोई भी बाई वीडियो देखा करो सबसक्राइब चाहे ना करो कोई दिक्कत वाली गल नहीं कहनी काकू कोई गल नहीं सानू 10K बहुत ने पहले तुसीं 5K पूरे करो रोंडी बड़ी पिट दे रहे हो तुसीं 5000 व्यू आते हैं 4700-4800 तो सबसक्राइब 200-300 बंदे ऐसे हैं जेडे फ्रिज देख के चले जाते हैं सबसक्राइब नहीं करते तो उन्होंने भी हाथ बन के बेनती है जे तुहानू वीडियो वधिया लगती तो सबसक्राइब जरूर करो तो मिलते हैं आपां किसी अगली वीडियो च उदों तक अपना ख्याल रखो अपने परिवार का ख्याल रखो रब राखा।